ਆਪਾਂ ਵਿਸ਼ਾ ਚੱਲ ਰਿਹਾ ਆਪਣਾ ਤੀਆਂ ਦਾ ਕਿਉਂਕਿ ਆਪਾਂ ਕਾਫੀ ਭਾਗਾਂ ਦੇ ਵਿੱਚ ਹੈ ਨਾ ਉਹਦਾ ਸਟਾਰਟ ਕਰਤਾ ਉਹਦੇ ਵਿੱਚ ਕੀ ਕੀ ਚੱਲਦੇ ਹੁੰਦੇ ਨੇ ਭੈਣ ਵੀਰ ਭਰਾ ਦੀ ਆਪਸ 'ਚ ਤਰਲਾ ਹੁੰਦਾ ਭੈਣ ਦਾ ਭਰਾ ਨੂੰ ਤੇ ਬਹੁਤ ਸਾਰੇ ਮੈਸੇਜ ਹੁੰਦੇ ਨੇ ਉਹ ਰਿਸ਼ਤਾ ਬੰਨਣ ਦੇ ਲਈ ਬੋਲੀਆਂ ਪਾਈਆਂ ਜਾਂਦੇ ਨੇ ਹੈ ਨਾ ਇਵੇਂ ਬੋਲੀ ਪੈਂਦੀ ਆ ਠੀਕ ਹੈ ਚਿੱਠੀ ਪਾਵੇ ਅੰਮਾ ਦੇ ਆ ਜਾਇਆ ਭੈਣ ਪਰਦੇਸਨ ਨੂੰ ਚਿੱਠੀ ਪਾਵੇ ਅੰਮਾ ਦੇ ਆ ਜਾਇਆ ਭੈਣ ਪਰਦੇਸਨ ਨੂੰ ਚਿੱਠੀ ਪਾਵੇ ਅੰਮਾ ਦੇ ਆ ਜਾਇਆ ਭੈਣ ਪਰਦੇਸਨ ਨੂੰ ਚਿੱਠੀ ਪਾਵੇ ਅੰਮਾ ਦੇ ਆ ਜਾਇਆ ਭੈਣ ਪਰਦੇਸਨ ਨੂੰ ਤੇਰੀ ਪਾਪੋ ਪਾਉਣ ਨਾ ਦੇਵੇ ਚਿੱਠੀਆਂ ਦੀ ਡਾਕ ਪਰ ਤਾਂ ਤੇਰੀ ਪਾਪੋ ਚਿੱਠੀ ਪਾਵੇ ਅੰਮਾ ਦੇ ਆ ਜਾਇਆ ਭੈਣ ਪਰਦੇਸਨ ਨੂੰ ਚਿੱਠੀ ਪਾਵੇ ਅੰਮਾ ਦੇ ਆ ਜਾਇਆ ਭੈਣ ਪਰਦੇਸਨ ਨੂੰ ਚਿੱਠੀ ਪਾਵੇ इस करके भैन कोई ऐ करके नहीं कह सकती कोई ऐ करके नहीं कह सकती तो नॉर्मल नच के कहूगी ठीक है ना हम देखो अगली बोली आओ ठीक है तुम दोनों पाओ बोली पाओ यही ਭਾਵੇਂ ਦੇਈ ਨਾ ਵੇ ਸਿਰ ਪੰਜੀਰੀ ਭਾਬੋ ਦੀ ਨਾ ਮੰਨੀ ਵੀਰ ਨਾ ਹਨਾ ਚੱਕ ਲਓ 1 2 3 ਸਟਾਰਟ ਭਾਵੇਂ ਦੇਈ ਨਾ ਵੇ ਸਿਰ ਪੰਜੀਰੀ ਭਾਬੋ ਦੀ ਨਾ ਮੰਨੀ ਵੀਰ ਨਾ ਭਾਵੇਂ ਸਸਤੇ ਵਿਅੰਗ ਆ ਗਿਆ ਸਮਝ ਲਾ ਗਈ ਨਾ ਠੀਕ ਹੈ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਸੱਸੇ ਤੇਰੀ ਮੈਂ ਮਰ ਜੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਸੱਸੇ ਤੇਰੀ ਮੈਂ ਮਰ ਜੇ ਕੋਠੇ ਆ ਜਾ ਵੀਰ ਨਾ ਸੱਸ ਚੰਦਰੀ ਕੁੰਡਾ ਨਾ ਖੋਲੇ ਕੋਠੇ ਆ ਜਾ ਵੀਰ
लाओ रे चल मेरे नाल सास चंदर इटुनाना खोले कोठे कोठे आजा वीरना 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 तैनु तियां नु लैण आयो पैना मिलिया कदे पैना पैना मिलिया फुला मांगू।